ਸਿੱਧੂ ਸਾਹਿਬ ਨੇ ਤੇ ਉਹਨਾਂ ਨੇ ਮੈਡੀਟਰ ਨੇ ਸਾਨੂੰ ਬੁਲਾਇਆ ਸੀ ਕੱਲ, ਅਸੀਂ ਆ ਕੇ ਕਾਫੀ ਦੇਰ ਬੈਠੇ ਰਹੇ ਉੱਥੇ, ਉਹ ਨਹੀਂ ਆਏ। ਮੈਡੀਟਰ ਕਹਿੰਦਾ ਵੇਟ ਕਰੋ ਜੀ, ਆ ਰਹੇ ਨਾ ਆ ਰਹੇ ਨੇ। ਉਹ ਪਲਾਨ ਬਣਾ ਰਿਹਾ ਸੀ ਆਪਦਾ ਕੋਈ, ਕੁਲਦੀਪ ਸਿੰਘ ਸਾਡਾ ਜਿਹੜਾ ਬ੍ਰਦਰ ਹੈ ਚਾਚਾ ਬੇਟੇ ਦਾ, ਉਹ ਵੀ ਨਾਲ ਸੀ ਉਹਨਾਂ ਦੇ। ਉਹਨਾਂ ਨੇ ਸਾਰੇ ਪਰਿਵਾਰ ਨੇ, ਸਿੱਧੂ ਨੇ ਸਾਰਿਆਂ ਨੇ, ਉਹਦੇ ਬੇਟੇ ਨੇ ਅੰਮ੍ਰਿਤਪਾਲ ਨੇ ਵੀ ਸਾਰਾ ਪਲਾਨ ਰਚਿਆ ਸਾਰਿਆਂ ਨੇ ਇਕੱਠੇ ਹੋ ਕੇ। ਪਹਿਲਾਂ 3-4 ਤਰੀਕਾਂ 'ਤੇ ਅਸੀਂ ਆਏ, 3 ਤਰੀਕਾਂ 'ਤੇ, 4 ਤਰੀਕ 'ਤੇ ਆਏ। ਪਹਿਲਾਂ ਬੇਟਾ ਇਕੱਲਾ ਵੀ ਆਇਆ ਸੀ, ਉਹਨੂੰ ਫਿਰ ਕੁਛ ਨਹੀਂ ਕਿਹਾ, ਸਾਨੂੰ ਕੌਨਫੀਡੈਂਸ 'ਚ ਲੈ ਕੇ, ਸਾਨੂੰ ਵਿਸ਼ਵਾਸ 'ਚ ਲੈ ਕੇ ਸਾਡੇ ਨਾਲ ਧੋਖਾ ਕੀਤਾ ਉਹਨਾਂ ਨੇ। ਉਹਨਾਂ ਨੇ ਹਰਾਮ ਜਾਦਿਆਂ ਨੇ, ਜਦੋਂ ਅਸੀਂ ਅੰਦਰ ਬੈਠੇ ਸੀ ਸਾਨੂੰ ਕਹਿੰਦੇ ਨੇ ਬਾਹਰ ਆਓ ਜੀ, ਬਾਹਰ ਬੁਲਾ ਰਹੇ ਨੇ। ਅਸੀਂ ਜਿਉਂ ਹੀ ਬਾਹਰ ਨਿਕਲੇ, ਮੈਡੀਟਰ ਕਮਰੇ 'ਚ ਬਾਹਰ ਨਿਕਲੇ, ਉੱਥੇ ਹੀ ਖੜ੍ਹਾ ਸੀ, ਉੱਥੇ ਹੀ ਉਹਨੇ ਫਟਾਫਟ ਗੋਲੀਆਂ ਮਾਰਤੀਆਂ ਬੇਟੇ ਨੂੰ। ਉੱਥੇ ਬੇਟਾ ਡਿੱਗ ਪਿਆ ਜ਼ਮੀਨ 'ਤੇ। ਕੀ ਕਰੀਏ ਦੱਸੋ, ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਨਾ ਕੁਛ ਨਹੀਂ ਹੋਇਆ ਜੀ, ਬਾਹਰ ਆਉਂਦਿਆਂ ਸਾਰ ਹੀ ਉਹਨਾਂ ਨੂੰ ਗੋਲੀਆਂ ਮਾਰਤੀਆਂ। ਪੁਲਿਸ 'ਤੇ ਕੋਈ ਵੀ ਨਹੀਂ ਸੀ ਉੱਥੇ, ਪਤਾ ਨਹੀਂ ਕਿਵੇਂ ਰਿਵਾਲਵਰ ਅੰਦਰ ਚਲਾ ਗਿਆ। ਅੰਦਰ ਜਾਣਾ ਨਹੀਂ ਚਾਹੀਦਾ, ਸਮਝ ਨਹੀਂ ਆ ਰਹੀ। ਕਿਸੇ ਨੇ ਹੈਲਪ ਕੀਤੀ, ਇੱਕ ਸਿਰਫ ਦੋ ਵਕੀਲ ਵਿਚਾਰੇ ਆਏ 15-20 ਮਿੰਟ ਬਾਅਦ, ਉਹ ਚੁੱਕ ਕੇ ਸਾਡੇ ਨਾਲ ਲੈ ਕੇ ਆਏ PGI। ਕਿਸੇ ਨੇ ਹੈਲਪ ਨਹੀਂ ਕੀਤੀ। ਜਿਹੜਾ ਮੈਡੀਟਰ ਹੈ ਉਹ ਵੀ ਅੰਦਰੋਂ ਉਹਨੇ ਕੁੰਡੀਆਂ ਲਗਾ ਲਈ, ਅੰਦਰ ਵੜ ਗਿਆ, ਛਿਪ ਗਿਆ, ਟੇਬਲਾਂ ਥੱਲੇ ਵੜ ਗਿਆ ਉਹ। ਸਾਡੀ ਕਿਸੇ ਦਾ ਅਸੀਂ ਦਰਵਾਜ਼ਾ ਖੜਕਾ ਖਾ ਕੇ ਮਰ ਗਏ। ਸੁਰੱਖਿਆ ਵਿਵਸਥਾ ਦੇ ਕੀ ਕਹਿਣਾ ਚਾਹੁੰਦੇ ਹੋ? ਮੰਨ ਲਓ ਕੋਰਟ ਦੇ ਅੰਦਰ ਇੱਕ ਬੰਦਾ ਬੰਦੂਕ ਲੈ ਕੇ ਸਰਿਆਮ ਅੰਦਰ ਚਲਾ ਗਿਆ, ਨਾ ਕੋਈ ਚੈਕਿੰਗ ਹੋਈ, ਨਾ ਕੁਛ ਹੋਇਆ, ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੁਛ ਨਹੀਂ ਜੀ, ਉੱਥੇ ਕੋਈ ਚੈਕਿੰਗ ਨਹੀਂ, ਕੁਛ ਨਹੀਂ। ਲਿਫਟ ਵਿੱਚ ਜਿਹੜਾ ਮਰਜ਼ੀ ਜੋ ਮਰਜ਼ੀ ਲੈ ਜਾਵੇ ਜੀ, ਜੋ ਮਰਜ਼ੀ ਲੈ ਜਾਵੇ, ਉੱਥੇ ਕੋਈ ਨਹੀਂ। ਪੋਸਟਮਾਰਟਮ ਹੋ ਗਿਆ ਤੇ ਕਦੋਂ ਸੰਸਕਾਰ? ਪੋਸਟਮਾਰਟਮ ਤੇ ਹੋ ਰਿਹਾ ਅਜੇ। ਉਹ ਸਾਡੇ ਬੇਟੇ ਨੂੰ ਪਰਸੋਂ ਹੀ ਬੁਲਾਇਆ ਸੀ, ਉੱਥੇ DSP ਦੇ ਕੋਲ ਕੰਪਲੇਂਟ ਕੀਤੀ ਸਿੱਧੂ ਨੇ ਔਰ ਕੁਲਦੀਪ ਸਿੰਘ ਨੇ, ਵੀ ਇੱਥੇ ਆ ਜਾਓ। ਪੁਲਿਸ ਦੇ ਥਰੂ ਕਰਾ ਰਹੇ ਸੀ ਫੋਨ ਵੀ ਆ ਜਾਓ ਇੱਥੇ, ਉੱਥੇ ਹੀ ਮਾਰਨ ਚਾਹੁੰਦੇ ਸੀ ਉਹ ਤਾਂ। ਬੇਟਾ ਗਿਆ ਨਹੀਂ, ਫਿਰ ਅਸੀਂ ਕੱਲ 3 ਤਰੀਕ ਨੂੰ ਬੁਲਾਇਆ ਸੀ ਮੰਡੇਟਰ ਨੇ, ਉਹਦੇ ਕਹਿਣੇ 'ਤੇ ਅਸੀਂ ਕੋਰਟ ਦੇ ਕਹਿਣੇ 'ਤੇ ਆਏ ਇੱਥੇ। ਇੱਥੇ ਆ ਕੇ ਉਹਨੇ ਸਾਨੂੰ ਬਿਠਾਈ ਰੱਖਿਆ, 1.5 ਘੰਟਾ ਤਕਰੀਬਨ ਬਿਠਾਈ ਰੱਖਿਆ। ਕਹਿੰਦਾ ਆ ਰਹੇ ਨੇ ਜੀ, ਆ ਰਹੇ, ਦੂਜੀ ਪਾਰਟੀ ਆ ਰਹੀ ਹੈ, ਪਤਾ ਨਹੀਂ ਕੀ ਹੈ ਸਾਰਿਆਂ ਦੀ ਮਿਲੀ ਭੁਗਤ ਸੀ ਕੀ, ਸਾਨੂੰ ਕੁਛ ਨਹੀਂ ਪਤਾ। ਉਹੀ ਰਚ ਰਿਹਾ ਸੀ ਪਲਾਨ, ਪਲਾਨ ਰਚ ਰਹੇ ਸੀ ਸਾਡਾ ਨਾਲ, ਕੁਲਦੀਪ ਸਿੰਘ ਵੀ ਨਾਲ ਸੀ, ਸਾਰੇ ਨਾਲ ਸਨ, ਇਹਨਾਂ ਦਾ ਬੇਟਾ ਅੰਮ੍ਰਿਤਪਾਲ ਵੀ ਨਾਲ ਸੀ, ਔਰ ਉਹਦੀ ਘਰ ਵਾਲੀ ਵੀ ਨਾਲ ਸੀ ਸਿੱਧੂ ਦੀ, ਸਾਰੇ ਜਾਣੇ ਇਕੱਠਿਆਂ ਦਾ ਸਾਰਾ ਪਲਾਨ ਸੀ। ਪਤਾ ਨਹੀਂ ਹੋਰ ਕਿਹੜੇ ਕਿਹੜੇ ਸਨ ਨਾਲ ਇਹਨਾਂ ਦੇ। ਹਾਂਜੀ ਹਾਂਜੀ, ਲਿਖਾ ਲਿਖਾਈ ਹੋ ਗਈ ਸੀ, ਅੱਜ ਸਾਇਨ ਹੋਣੇ ਸੀ, ਅੰਦਰ ਤਾਂ ਆਇਆ ਹੀ ਨਹੀਂ ਕੰਜਰ, ਉਹਨੇ ਬਾਹਰ ਹੀ ਬੁਲਾ ਕੇ ਸਾਨੂੰ ਮਾਰਤਾ। ਰੱਬ ਜਾਣੇ ਕੀ ਇਹਨਾਂ ਨੂੰ ਡਰ ਸੀ ਬੇਟੇ ਦਾ, ਧਮਕੀਆਂ ਇਹਦਾ ਅੰਮ੍ਰਿਤਪਾਲ ਬੇਟਾ ਤੇ ਸਿੱਧੂ ਵੀ, ਅੰਮ੍ਰਿਤਪਾਲ ਬੜੀਆਂ ਧਮਕੀ ਦਿੰਦਾ ਸੀ ਕਿ ਤੁਹਾਨੂੰ ਮਾਰ ਦਾਂਗੇ, ਤੂੰ ਸਾਡਾ ਸਾਡੀ ਭੈਣ ਦਾ ਘਰ ਖਰਾਬ ਕੀਤਾ। ਜਦ ਕਿ ਕੀਤਾ ਇਹਨਾਂ ਨੇ, ਆਪੇ ਲੈ ਗਏ 3 ਮਹੀਨੇ ਸਾਡੇ ਕੋਲ ਰਹੀ, ਉਸ ਤੋਂ ਬਾਅਦ ਆਪੇ ਲੈ ਗਏ ਭਜਾ ਕੇ 28 ਦਸੰਬਰ 2020 ਨੂੰ।
ਵਿੱਚ ਵਿਆਹ ਹੋਇਆ ਸੀ, ਉਦੋਂ ਬਾਅਦ ਦਸੰਬਰ ਵਿੱਚ ਲੈ ਕੇ ਭਜਾ ਕੇ ਆਪੇ ਹੀ ਨਾ ਜੀ। ਇਹ ਤਾਂ ਸਾਡੇ ਕਦੀ ਬੇਟੇ ਨੂੰ ਜੇਲ ਭੇਜ, ਕਦੀ ਕੁਛ ਕਰ, ਝੂਠੇ ਸਾਡੇ ਤੇ ਕੇਸ ਪਾ ਪਾ ਕੇ ਸਾਨੂੰ ਬੜਾ ਦੁਖੀ ਕੀਤਾ ਜੀ। ਬੇਟੇ ਨੂੰ ਬਹੁਤ ਦੁਖੀ ਕੀਤਾ ਜੀ ਇਹਨਾਂ ਨੇ। ਲਿਖਿਆ ਲਿਖਾਇਆ ਤਾਂ ਗਿਆ ਸੀ, ਸਾਨੂੰ ਇੰਨਾ ਪਤਾ ਨੀ। ਬੇਟੇ ਨੇ ਲਿਖਿਆ ਸੀ, ਵਕੀਲਾਂ ਨੇ ਲਿਖਿਆ ਸੀ, ਪੁਲਿਸ ਗੁਜ਼ਾਰੀ ਦਾ ਸਾਨੂੰ ਇਹਨਾਂ ਤੇ ਕੋਈ ਭਰੋਸਾ ਨੀ ਹੈ, ਨਾ ਚੰਡੀਗੜ੍ਹ ਪੁਲਿਸ ਨਾ ਪੰਜਾਬ ਪੁਲਿਸ, ਕਿਉਂਕਿ ਉਹ ਪੁਲਿਸ ਦਾ AIG ਹੈ। ਇਸ ਕਰਕੇ ਸਾਨੂੰ ਕੋਈ ਭਰੋਸਾ ਨੀ। ਸਾਨੂੰ ਤਾਂ ਬੇਨਤੀ ਹੈ ਆਪਣੇ ਸੈਂਟਰ ਚ ਅਮਿਤ ਸ਼ਾਹ ਨੂੰ ਬੇਨਤੀ ਹੈ ਵੀ ਉਹ CBI ਚ ਕੇਸ ਦੇਣ, CBI ਜਾਂਚ ਕਰੇ ਇਸ ਚੀਜ਼ ਦੀ, CBI ਜਾਂਚ ਕਰੇਗਾ ਤਾਂ ਸਾਨੂੰ ਇਨਸਾਫ਼ ਮਿਲਣਾ। ਅਸੀਂ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦੇ ਹਾਂ, ਉਹ ਸਾਨੂੰ ਬੇਨਤੀ ਸਾਡੀ ਸੁਣਨ, ਸਾਡਾ ਪੁੱਤਰ, ਸਾਡੇ ਪੁੱਤਰ ਦੀਆਂ ਜਿਹੜੀਆਂ ਨੇ ਉਹ ਸਜ਼ਾਵਾਂ ਉਹਨੂੰ ਮਿਲਣ। CBI ਜਾਂਚ ਕਰੇ, ਉਹਨੂੰ ਸੌਂਪਿਆ ਜਾਏ ਸਾਡਾ ਕੇਸ। ਇਹਨਾਂ ਤੇ ਸਾਨੂੰ ਕੋਈ ਭਰੋਸਾ ਨੀ ਹੈ, ਚੰਡੀਗੜ੍ਹ ਪੁਲਿਸ ਨਾ ਪੰਜਾਬ ਪੁਲਿਸ, ਸਾਰੇ ਉਹਦੇ ਪੁਲਿਸ ਵਾਲੇ ਸਾਰੀ ਉਹਦੀ ਹਮਾਇਤ ਕਰਨਗੇ। ਸਾਨੂੰ ਲੱਗ ਰਿਹਾ ਪੂਰਾ ਭਰੋਸਾ ਸਾਨੂੰ। ਕਰਨੈਲ ਸਿੰਘ ਜੀ ਇੱਕ ਆਖਰੀ ਸਵਾਲ ਹੈ, ਤੁਸੀਂ ਇਹ ਦੱਸੋਗੇ ਵੀ ਜਦੋਂ ਤੱਕ ਸਿੱਧੂ ਸਾਹਿਬ ਨਾਲ ਤੁਸੀਂ ਅੰਦਰ ਬੈਠੇ ਸੀਗੇ, ਤੁਹਾਡੇ ਮਿਸਿਜ ਅੰਦਰ ਬੈਠੇ ਸੀਗੇ, ਵੀ ਉਦੋਂ ਤੱਕ ਕੀ ਗੱਲਬਾਤ ਹੋਈ ਸੀ ਅੰਦਰ? ਉਹ ਪਹਿਲਾਂ ਤਰੀਕ ਤੇ ਪਿਛਲੀ ਤਰੀਕ ਤੇ ਹੋਈ ਸੀ, ਇਹੀ ਕਹਿੰਦਾ ਸੀ ਆਪਾਂ ਹੁਣ ਸਮਝੌਤਾ ਕਰ ਲਈਏ, ਕੋਈ ਗੱਲਬਾਤ ਨੀ ਸਾਡੇ ਮਨ ਚ, ਸਾਨੂੰ ਹੀ ਤੁਸੀਂ ਬਚਾ ਲਓ, ਅਸੀਂ ਤੁਹਾਨੂੰ ਸਾਰੇ ਕੇਸ ਖਤਮ ਕਰ ਦਿੰਦੇ ਹਾਂ। ਮਤਲਬ ਤੁਸੀਂ ਮੰਨਦੇ ਹੋ ਵੀ ਬਿਲਕੁਲ ਜੀ ਬਿਲਕੁਲ ਸੋਚੇ ਸਮਝ ਸਾਜੇ, ਸਾਨੂੰ ਝੂਠੇ ਕੇਸਾਂ ਚ ਬੁਲਾ ਬੁਲਾ ਕੇ ਸਾਨੂੰ ਝੂਠੀਆਂ ਗੱਲਾਂ ਕਰ ਕਰਕੇ ਬੁਲਾਇਆ, 3-4 ਵਾਰੀ ਬੁਲਾਇਆ ਵੀ ਇਹ ਕੰਫੀਡੈਂਸ ਚ ਆ ਜਾਣਾ। ਇਹ ਹੁਣ ਤੀਜੀ ਵਾਰ ਜਿਹੜਾ 3 ਤਰੀਕ ਨੂੰ ਕੱਲ੍ਹ ਨੂੰ ਸਾਨੂੰ ਬੁਲਾਇਆ ਸੀ, ਮੰਡੇਟਰ ਤੇ ਕਹਿਣ ਤੇ ਵੀ ਆਏ, ਕੋਰਟ ਦੇ ਕਹਿਣ ਤੇ ਆਏ, ਉਹ ਕੋਰਟ ਕਹਿੰਦਾ ਰਿਹਾ ਬੈਠੋ ਬੈਠੋ ਆ ਰਹੇ ਨੇ ਜੀ ਆ ਰਹੇ, ਉਹ ਪਲਾਨ ਬਣਾ ਰਹੇ ਸੀ ਬਾਹਰ, ਉਹ ਜਦੋਂ ਆਏ ਉਹਨਾਂ ਨੇ ਸਾਨੂੰ ਬਾਹਰ ਨੂੰ ਬੁਲਾਇਆ, ਬਾਹਰ ਆਓ ਜੋ ਜੀ, ਉਸੇ ਟਾਈਮ ਹੀ ਉਹਨਾਂ ਨੇ ਗੋਲੀਆਂ ਮਾਰਤੀਆਂ। ਬਸ ਇਹੀ ਸਾਡੀ ਬੇਨਤੀ ਹੈ ਜੀ, CBI ਨੂੰ ਸਾਡਾ ਜਿਹੜਾ ਕੇਸ ਸੌਂਪਿਆ ਜਾ।